ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਜੋ ਸਿੱਖਾਂ ਦੇ ਮੁਤਾਲਕ ਜੋ ਸਾਡੇ ਇੰਡੀਵਿਜੁਅਲ ਤੌਰ 'ਤੇ ਜਿਹੜੀਆਂ ਇੰਟਰਨੈਸ਼ਨਲ ਪੱਧਰ 'ਤੇ ਜਾਂ ਅੰਤਰਰਾਸ਼ਟਰੀ ਜੋ ਘਟਨਾਵਾਂ ਘਟ ਰਹੀਆਂ, ਉਹਨਾਂ ਦਾ ਵੀ ਸਿੱਖਾਂ ਨੇ ਬਹੁਤ ਸਖ਼ਤ ਨੋਟਿਸ ਲਿਆ ਔਰ ਲੈਣਾ ਚਾਹੀਦਾ। ਜਿਵੇਂ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ 'ਤੇ ਪਥਰਾਅ ਹੋਇਆ, ਅਗਲੇ ਦਿਨ ਇੱਕ ਸਿੱਖ ਦਾ ਕਤਲ ਕਰ ਦਿੱਤਾ ਗਿਆ। ਇਸੇ ਤਰ੍ਹਾਂ ਗੁਜਰਾਤ ਦੇ ਵਿੱਚ ਸਿੱਖਾਂ ਨੂੰ ਉਜਾੜਿਆ ਜਾ ਰਿਹਾ, ਯੂਪੀ ਦੇ ਵਿੱਚ ਇਸੇ ਤਰ੍ਹਾਂ ਹੋ ਰਿਹਾ। ਸੋ ਇਸ ਤਰ੍ਹਾਂ ਦੇ ਕਾਨੂੰਨ ਹਿੰਦੁਸਤਾਨ ਦੇ ਵਿੱਚ ਬਣ ਰਹੇ ਨੇ ਜਿਹੜੇ ਵਖਰੇਵੇਂ ਪੈਦਾ ਕਰ ਰਹੇ ਨੇ। ਇਹ ਸਾਰੀਆਂ ਗੱਲਾਂ ਦੇ ਉੱਪਰ ਸਾਨੂੰ ਤਰਸੀ ਨਿਗਰ ਰੱਖਣੀ ਚਾਹੀਦੀ ਹੈ, ਕਿਉਂਕਿ ਜਦੋਂ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ, ਜੋ ਪਿਛਲੇ ਦਿਨਾਂ ਤੋਂ ਕੋਰੀਡੋਰ ਖੁੱਲ੍ਹਿਆ ਕਰਤਾਰਪੁਰ ਸਾਹਿਬ ਦਾ, ਜੋ ਇੱਕ ਵਿਸ਼ਵਾਸ ਪੈਦਾ ਹੋ ਰਿਹਾ ਸੀ ਸਿੱਖਾਂ ਦਾ, ਮੁਸਲਮਾਨਾਂ ਦਾ, ਦੋਵਾਂ ਦੇਸ਼ਾਂ ਦਾ, ਦੋਵਾਂ ਦੇਸ਼ਾਂ ਦੇ ਵਪਾਰ ਦਾ, ਕੁਝ ਲੋਕਾਂ ਨੇ ਸਾਜ਼ਿਸ਼ ਅਧੀਨ ਕਿ ਇਹ ਨੇੜਤਾ ਨਾ ਵੱਧ ਜਾਵੇ, ਉਹਦੇ ਵਿੱਚ ਇਹੋ ਜਿਹੀਆਂ ਸਾਜ਼ਿਸ਼ਾਂ ਰਚੀਆਂ ਗਈਆਂ ਕਿ ਸ੍ਰੀ ਨਨਕਾਣਾ ਸਾਹਿਬ ਦੇ ਉੱਪਰ ਪਥਰਾਅ ਕੀਤਾ ਗਿਆ। ਦਾਸ ਦੋਵਾਂ ਹੀ ਗੌਰਮੈਂਟਾਂ ਨੂੰ, ਮੋਦੀ ਸਰਕਾਰ ਨੂੰ ਵੀ, ਇਮਰਾਨ ਖਾਨ ਨੂੰ ਵੀ ਇਹ ਅਪੀਲ ਕਰੇਗਾ ਕਿ ਤੁਹਾਡਾ ਇਹ ਫਰਜ਼ ਬਣਦਾ ਹੈ ਕਿ ਜਿੱਥੇ ਘੱਟ ਗਿਣਤੀਆਂ ਦੀ ਸੁਰੱਖਿਆ ਕਰਨੀ, ਉੱਥੇ ਦੋਹਾਂ ਹੀ ਦੇਸ਼ਾਂ ਦੇ ਸੰਬੰਧਾਂ ਨੂੰ ਸੁਧਾਰਨਾ ਤੁਹਾਡਾ ਫਰਜ਼ ਬਣਦਾ ਹੈ। ਇੱਕ ਦੂਜੇ 'ਤੇ ਇਲਜ਼ਾਮਬਾਜ਼ੀ ਕਰੋ ਕਿ ਉਹਦੀ ਜੋ ਏਜੰਸੀ ਦਾ ਕੰਮ ਹੈ, ਦੂਜਾ ਕਵੇ ਉਹਦੀ ਏਜੰਸੀ ਦਾ ਕੰਮ ਹੈ, ਇਹਦੇ ਨਾਲ ਗੱਲ ਨਹੀਂ ਸਰਨੀ, ਕਿਉਂਕਿ ਜਿਹਦਾ ਵੀ ਇਹ ਕਾਰਜ ਹੈ ਉਹਨੂੰ ਕੜੇ ਹੱਥੀਂ ਲੈਣਾ ਚਾਹੀਦਾ ਇਹੋ ਜਿਹੀ ਘਿਨਾਉਣੀ ਹਰਕਤ ਤੋਂ, ਤਾਂ ਕਿ ਅੱਗੇ ਤੋਂ ਇਹ ਇਹੋ ਜਿਹੀ ਘਿਨਾਉਣੀ ਹਰਕਤ ਨਾ ਕਰ ਸਕੇ। ਉਹ ਤੋਂ ਸਭ ਨੂੰ ਸੁਚੇਤ ਰਹਿਣਾ ਚਾਹੀਦਾ, ਬਾਕੀ ਆਪਸੀ ਭਾਈਚਾਰਾ ਬਣਾ ਕੇ, ਆਪਸੀ ਤਾਲਮੇਲ ਬਣਾ ਕੇ ਇਹੋ ਜਿਹੀਆਂ ਹਰਕਤਾਂ ਨੂੰ ਸਾਂਝੇ ਤੌਰ 'ਤੇ ਰੋਕਣਾ ਚਾਹੀਦਾ ਹੈ। ਦਾਸ ਇਹੀ ਬੇਨਤੀ ਕਰੇਗਾ, ਜੋ ਹਿੰਦੁਸਤਾਨ ਦੇ ਵਿੱਚ ਵੀ ਕੁਝ ਸੂਬਿਆਂ ਦੇ ਵਿੱਚੋਂ ਸਿੱਖਾਂ ਨੂੰ ਉਜਾੜਿਆ ਜਾ ਰਿਹਾ, ਬੇਜ਼ਮੀਨੇ ਕੀਤਾ ਜਾ ਰਿਹਾ, ਉੱਥੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡੇ ਤੌਰ 'ਤੇ ਨੋਟਿਸ ਲਿਆ ਹੈ, ਉਹਨਾਂ ਦੀ ਮਾਲੀ ਮਦਦ ਵੀ ਕੀਤੀ ਹੈ, ਸਰਕਾਰਾਂ ਦੇ ਨਾਲ ਵੀ ਰਾਬਤਾ ਕਾਇਮ ਕੀਤਾ ਹੈ। ਇਸੇ ਤਰ੍ਹਾਂ ਗੁਰਦੁਆਰਾ ਮੰਗੂ ਮੱਠ ਦੇ ਵਿੱਚ ਵੀ ਜਿਸ ਤਰ੍ਹਾਂ ਉੱਥੋਂ ਸਥਾਨ ਤੋਂ ਢਾ ਕੇ ਸਥਾਨ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਸਿੱਖਾਂ ਦੀਆਂ ਗੌਰਵਮਈ ਜਿਹੜੀਆਂ ਨਿਸ਼ਾਨੀਆਂ ਮਿਟਾਈਆਂ ਜਾ ਰਹੀਆਂ, ਇਹਨਾਂ 'ਤੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਖ਼ਤ ਨੋਟਿਸ ਲਿਆ ਹੈ। ਇਹ ਸਾਰੀਆਂ ਚੀਜ਼ਾਂ ਨੂੰ ਸਮੁੱਚੀ ਸਿੱਖ ਕੌਮ ਨੂੰ, ਦੁਨੀਆ ਵਿੱਚ ਵੱਸਦੀ ਸਿੱਖ ਕੌਮ ਨੂੰ ਇਹ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ, ਇਹ 'ਤੇ ਨੋਟਿਸ ਲੈਣਾ ਚਾਹੀਦਾ, ਇੱਕ ਮੁੱਠਤਾ ਦਾ ਸਬੂਤ ਦੇਣਾ ਚਾਹੀਦਾ, ਤਾਂ ਕਿ ਅਸੀਂ ਆਪਣੇ ਗੌਰਵਈ ਵਿਰਸੇ ਨੂੰ ਸੰਭਾਲ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।